ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ نیوز ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਦੇ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਦਿੱਲੀ 에어ਪੋਰਟ ਤੋਂ ਸਫ਼ਰ ਕਰਨ ਵਾਲੀਆਂ ਯਾਤਰੀਆਂ ਲਈ ਵੱਡੀ ਖਬਰ ਅਮਨ ਰੋਜ਼ੀ ਆਤਮਾ ਸਿੰਘ ਦੁਗਾਣਾ ਗਾਇਕ ਜੋੜੀ ਹੋਈ ਵਕ 18 ਸਾਲਾਂ ਬਾਅਦ ਲਿਆ ਇਹ ਫੈਸਲਾ ਗਰੀਬਾਂ ਦੇ ਖੋਖੇ ਟਾਉਣ ਵਾਲੇ ਨਿਹੰਗ ਗਿਰਸਤਾਰ ਜਾਣ ਕੋਣ ਸਨ ਤੇ ਕਿੱਥੋਂ ਆਏ ਸਨ ਗੁਰਸੇਮ ਸਿੰਘ ਨੇ ਮੰਡ 102 ਬੁਖਾਰ ਚ ਪਾ ਰਿਹਾ ਪੁੱਸ ਦੇ ਤਰਲੇ ਕਹਿੰਦਾ ਮੈਨੂੰ ਡਾਕਟਰ ਕੋਲ ਤਾਂ ਜਾਂ ਜੋ ਸਿਕਿਉਰਟੀ ਵਾਪਸ ਲੈ ਲਓ ਸੀਐਮ ਆਨ ਵੱਲੋਂ ਵੱਡਾ ਐਲਾਨ ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਨੂੰ 30000 ਦਾ ਟੀਕਾ ਲੱਗੇਗਾ ਮੁਫਤ ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖਬਰ ਜਲੰਧਰ ਸਣੇ ਸੱਤ ਜ਼ਿਲ੍ਹੇ ਚ ਦੋ ਦਿਨ ਲੱਗਣਗੇ ਮੇਲੇ ਮੋਦੀ ਸਰਕਾਰ ਦਾ ਕੇਂਦਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ ਨਹੀਂ ਮਿਲੇਗਾ 18 ਮਹੀਨਿਆਂ ਦਾ ਡੀਏ ਦਾ ਬਕਾਇਆ ਛਪਰਾਚੇ ਜ਼ਹਿਰੀਲੀ ਸ਼ਰਾਬ ਪੀਣ ਨਾਲ 18 ਲੋਕਾਂ ਦੀ ਮੌਤ ਵੱਧ ਸਕਦੀ ਹੈ ਮਰਨ ਵਾਲਿਆਂ ਦੀ ਗਿਣਤੀ 2004 ਵਿੱਚ ਬੰਦ ਹੋਈ ਪੈਨਸ਼ਨ ਸਕੀਮ ਲਾਗੂ ਕਰੇਗੀ ਹਿਮਾਚਲ ਵਿੱਚ ਬਣੀ ਨਵੀਂ ਸਰਕਾਰ ਪੰਜਾਬ ਵਿੱਚ 2 ਦਿਨ ਬਾਅਦ ਚੱਲੇਗੀ ਠੰਡ ਲਹਿਰ ਮੌਸਮ ਵਿਭਾਗ ਨੇ ਜਾਰੀ ਕੀਤਾ yellow alert ਕਿਸਾਨਾਂ ਵੱਲੋਂ ਤਿੱਖੇ ਐਕਸ਼ਨ ਦੀ ਤਿਆਰੀ ਪੰਜਾਬ ਦੇ 10 ਜ਼ਿਲ੍ਹਿਆਂ 'ਚ ਟੋਲ ਪਲਾਜ਼ੇ ਹੋਣਗੇ ਬੰਦ ਨਿੱਜੀ ਬੱਸਾਂ ਦੀ ਚੱਡੀਗੜ੍ਹ 'ਚ ਨੋ ਐਂਟਰੀ ਸੁਖਬੀਰ ਬਾਦਲ ਅਤੇ ਪ੍ਰਾਈਵੇਟ ਟਰਾਂਸਪੋਰਟਾਂ ਵੱਲੋਂ ਵਿਰੋਧ ਆਮ ਲੋਕਾਂ ਨੇ ਫੈਸਲੇ ਦੀ ਕੀਤੀ ਸ਼ਲਾਘਾ ਤਾਂ ਦੋਸਤੋ ਇਸੇ ਤਰੀਕੇ ਆਪਣੀਆਂ ਇਸ ਵੇਲੇ ਦੀਆਂ ਚੌਣਵੀਂਆਂ ਖਬਰਾਂ ਹੁਣ ਗੱਲਬਾਤ ਕਰਦੇ ਜਿੰਨਾਂ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਕਿ ਦਿੱਲੀ 에어ਪੋਰਟ ਤੋਂ ਸਫਰ ਕਰਨ ਵਾਲੀਆਂ ਯਾਤਰੀਆਂ ਲਈ ਵੱਡੀ ਖਬਰ ਹੈ ਜਿਹਾਂ ਰੋਹਤ ਸ਼ਹਿਰੀ ਹਵਾ ਬਾਰੀ ਮੰਤਰਾਲੇ ਨੇ ਅੱਜ ਕਿਹਾ ਕਿ ਦਿੱਲੀ ਹਵਾਈ ਅੱਡੇ ਤੇ ਪੀੜ ਪੜੱਕੇ ਨੂੰ ਘੱਟ ਕਰਨ ਲਈ ਲੋੜੀ ਦੇ ਕਦਮਾਂ ਤੋਂ ਬਾਅਦ ਯਾਤਰੀਆਂ ਨੂੰ ਬੋਰਡਿੰਗ ਲਈ ਚੈੱਕ ਪੋਸਟ ਅਤੇ ਪ੍ਰਵੇਸ਼ ਦੁਆਰ ਤੇ ਲੱਗਣ ਵਾਲੇ ਸਮੇਂ ਵਿੱਚ ਕਮੀ ਆਈ ਹੈ ਇਹ ਤਨੇ ਹਵਾਈ ਅੜੇ ਦੇ ਲੰਬੇ ਸਮੇਂ ਤੋਂ ਡੀ ਕਰਨ ਦੀਆਂ ਮੁਸਾਫਰਾਨੀਆਂ ਸ਼ਿਕਾਇਤਾਂ ਹਾਲ ਹੀ ਵਿੱਚ ਵਧ ਰਹੀਆਂ ਨੇ ਜਿਸ ਕਾਰਨ ਅਧਿਕਾਰੀਆਂ ਨੂੰ ਸਥਿਤੀ ਨਾਲ ਨਜਿੱਠਣ ਲਈ ਕਈ ਕਦਮ ਚੁੱਕਣ ਲਈ ਪ੍ਰੇਰਿਆ ਗਿਆ ਹੈ ਇਨ੍ਹਾਂ ਕਾਰਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਮੰਤਰਾਲੇ ਨੇ ਟਵੀਟ ਕਰਕੇ ਕਿਹਾ ਕਿ ਕੇਂਦਰੀ ਅਧਿయోగੀਕੂ ਸੁਰੱਖਿਆ ਬਲ ਦੇ ਹੋਰ ਕਰਮਚਾਰੀ ਤਾਇਨਾਤ ਕੀਤੇ ਜਾ ਰਹੇ ਹਨ ਅਤੇ ਸਮਾਨ ਦੀ ਜਾਂਚ ਕਰਨ ਲਈ ਚਾਰ ਵੱਧੂ ਐਕਸਰੇ ਮਸ਼ੀਨਾਂ ਲਗਾਈਆਂ ਗਈਆਂ ਨੇ ਮੰਤਰਾਲੇ ਨੇ ਕਿਹਾ ਕਿ ਭੀੜ ਭੜਕੇ ਦੀ ਸਮੱਸਿਆ ਨੂੰ ਦੂਰ ਕਰਨ ਅਤੇ ਦਿੱਲੀ ਹਵਾਈ ਅੱਡੇ 'ਤੇ ਉਡੀਕ ਦੀ ਮਿਆਦ ਨੂੰ ਘਟਾਉਣ ਲਈ ਜ਼ਰੂਰੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਨਤੀਜੇ ਵਜੋਂ ਯਾਤਰੀਆਂ ਨੂੰ ਚੈੱਕ ਪੋਸਟਾਂ, ਐਂਟਰੀ ਗੇਟਾਂ ਅਤੇ ਚੰਡੀਗੜ੍ਹ ਲਈ ਘੱਟੋ ਘੱਟ ਸਮਾਂ ਮਿਲ ਰਿਹਾ ਹੈ ਅਤੇ ਯਾਤਰੀਆਂ ਦੀ ਸੁਚਾਰੂ ਆਵਾਜਾਈ ਹੋ ਰਹੀ ਹੈ। ਬੀਤੇ ਦਿਨ ਘਰੇਲੂ 에ਅਰਲਾਈਨਜ਼ ਦੁਆਰਾ ਇੱਥੇ ਲਗਭਗ 4.12 ਲੱਖ ਯਾਤਰੀਆਂ ਨੂੰ ਲਿਜਾਇਆ ਗਿਆ ਹੈ। ਅਮਰ ਰੋਜੀ ਆਤਮਾ ਸਿੰਘ ਦੇ ਦੋ ਗਾਣਾ ਗਾਇਕ ਜੋੜੀ ਹੋਈ ਵਕ 18 ਸਾਲਾਂ ਬਾਅਦ ਲਿਆ ਇਹ ਫੈਸਲਾ ਪੰਜਾਬੀ 뮤직 ਇੰਡਸਟਰੀ ਨੂੰ ਆਪਣੇ ਕਈ ਹਿੱਟ ਗੀਤ ਦੇਣ ਵਾਲੀ ਦੋ ਗਾਣਾ ਗਾਇਕ ਜੋੜੀ ਅਮਰ ਰੋਜੀ ਅਤੇ ਆਤਮਾ ਸਿੰਘ ਦੇ ਪਰਿਸ਼ਾਸਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਹੁਣ ਪ੍ਰਸ਼ਾਸਕ ਦੋਵਾਂ ਨੂੰ ਕਦੇ ਇਕੱਠੇ ਨਹੀਂ ਦੇ ਸਕਣਗੇ ਇਹ ਦੋ ਗਾਣਾ ਜੋੜੀ 18 ਸਾਲਾਂ ਬਾਅਦ ਉਹ ਵਕ ਹੋ ਚੁੱਕੀ ਹੈ ਜਿਸ ਦੀ ਜਾਣਕਾਰੀ ਖੁਦ ਅਮਰੋਜੀ ਵੱਲੋਂ ਲਾਈਵ ਆ ਕੇ ਦਿੱਤੀ ਗਈ ਉਹਨਾਂ ਲਾਈਵ ਵਿੱਚ ਬੋਲਦੇ ਹੋਏ ਕਿਹਾ ਕਿ ਸਾਡਾ ਇਕਰਾਰਨਾਮਾ ਖਤਮ ਹੋ ਚੁੱਕਾ ਹੈ ਉਹਨਾਂ ਨੇ ਕਿਹਾ ਕਿ ਮੈਂ ਹੁਣ ਉਹਨਾਂ ਨਾਲ ਕੰਮ ਨਹੀਂ ਕਰਾਂ ਜਿੰਨਾ ਵੀ ਸੇ ਸਾਡਾ ਟਾਈਮ 18 ਸਾਲ ਬਹੁਤ ਵਧੀਆ ਨਿਕਲਿਆ ਹੁਣ ਅਸੀਂ ਬੱਕ ਹੋ ਚੁੱਕੇ ਹਾਂ ਮੇਰਾ ਲਾਈਵ ਹੋਣ ਦਾ ਮੁੱਦਾ ਇਹ ਸੀ ਕਿ ਮੈਨੂੰ ਬਹੁਤ ਕਾਲਜ਼ ਆ ਰਹੇ ਸੀ ਕਿ ਮੈਂ ਤੁਹਾਨੂੰ ਕੀ ਹੋ ਗਿਆ ਮੈਂ ਬਿਲਕੁਲ ਤੰਦਰੁਸਤ ਹਾਂ ਉਹਨਾਂ ਕਿਹਾ ਕਿ ਮੈਨੂੰ ਕਹਿ ਦਿੱਤਾ ਜਾਂਦਾ ਕਿ ਤੁਹਾਡੇ ਬ੍ਰੇਨ ਵਿੱਚ ਪ੍ਰੋਬਲਮ ਆ ਗਈ ਮੈਂ ਕੁਝ ਨਹੀਂ ਕੀਤਾ ਸਾਡਾ ਇਕਰਾਰਨਾਮਾ ਸੀ ਜੋ ਕਿ ਖਤਮ ਹੋ ਚੁੱਕਿਆ ਉਹਨਾਂ ਕਿਹਾ ਕਿ ਅਸੀਂ ਬੱਕ ਹੋ ਚੁੱਕੇ ਹਾਂ ਗਰੀਬਾਂ ਦੇ ਖੋਕੇ ਟਾਉਣ ਵਾਲੇ ਨਿਹੰਗ ਗ੍ਰਿਫਤਾਰ ਜਾਣੋ ਕੌਣ ਸਨ ਅਤੇ ਕਿੱਥੋਂ ਆਏ ਸਨ ਪੁਲਿਸ ਕਮਿਸ਼ਨਰ ਐਸ ਭੂਪਤੀ ਦੀਆਂ ਹਦਾਇਤਾਂ ਤੇ ਕਾਰਵਾਈ ਕਰਦਾ ਕਮਿਸ਼ਨਰ ਰੇਟ ਪੁਲਿਸ ਨੇ ਜਲੰਧਰ ਦੇ ਜੀਟੀਬੀ ਨਗਰ ਚੌਂਕ ਵਿਖੇ ਸਿਗਰਟ ਪਾਣ ਦੇ ਖੋਖਿਆਂ ਦੀ ਭਾਂਤੋੜ ਕਰਕੇ ਅੱਗ ਲਾਉਣ ਦੇ ਮਾਮਲੇ 'ਚ ਚਾਰ ਸ਼ਰਾਬੀ ਅਨਸਰ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਸੀਪੀ ਜਗਮਉਂ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸ਼ਰਾਬੀ ਅਨਸਰ ਜੀਟੀਬੀ ਨਗਰ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੌਰਾਨ ਉਹਨਾਂ ਨੇ ਕਾਰਵਾਈ ਕਰਦੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਫੜੇ ਗਏ ਵਿਅਕਤੀਆਂ ਦੀ ਪਛਾਣ ਅਸਤ ਨਾਮ ਸਿੰਘ ਉਰਫ ਗੁਲਾਬਾ ਪੁੱਤਰ ਜਸਪੀਰ ਸਿੰਘ ਵਾਸੀ ਪਿੰਡ ਚਾਬਾ ਜ਼ਿਲ੍ਹਾ ਤਰਨਤਾਰਨ ਰਣਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਲਲੀਆਂ ਖੋਦ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਅਜਮੇਦ ਸਿੰਘ ਪੁੱਤਰ ਜਸਪਾਲ ਸਿੰਘ ਤੇ ਮਹਿਕ ਸਿੰਘ ਪੁੱਤਰ ਅਮਨਜੀਤ ਸਿੰਘ ਦੋਵੇਂ ਵਾਸੀ ਪਿੰਡ ਹਰੀਕੇ ਪੱਤਾ ਨੇੜੇ ਗੁਰਦੁਆਰਾ ਦਮਦਮਾ ਸਾਹਿਬ ਜ਼ਿਲ੍ਹਾ ਤਰਨਤਾਰਨ ਵੱਜੋਂ ਹੋਈ ਹੈ ਪੁਲਿਸ ਨੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਥਾਣਾ ਦਵੇਜਣ ਨੰਬਰ 64425 427 ਅਤੇ 160 ਤਹਿਤ ਕੇਸ ਦਰਜ ਕਰ ਲਿਆ ਗੁਰਸੇਮਰ ਮਾਣਡ 102 ਬੁਖਾਰ ਚ ਪਾਰ ਹੈ ਪੁਲਿਸ ਦੇ ਤਰਲੇ ਕਿਹਾ ਮੈਨੂੰ ਡਾਕਟਰ ਕੋਲ ਤਾਂ ਜਾਣ ਦਿਓ ਸਿਕਿਉਰਿਟੀ ਵਾਪਸ ਲੈ ਲਿਓ ਲੁਧਿਆਣਾ ਤੋਂ ਖਬਰ ਹੈ ਜੀ ਤੇ ਦਿਆਣਾ ਚ ਕਾਂਗਰਸ ਆਗੂ ਪੁਲਿਸ ਸੁਰੱਖਿਆ ਤੋਂ ਦੁਖੀ ਹੋ ਗਿਆ ਪੁਲਿਸ ਵੱਲੋਂ ਮਾਣਡ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਮਾਣਡ ਨੂੰ ਗੈਸਟਰਾਂ ਦੀਆਂ ਲਗਾਤਾਰ ਧਮਕੀਆਂ ਕਰ ਨਜ਼ਰਬੰਦ ਕਰ ਦਿੱਤਾ ਗਿਆ ਮਾਣਡ ਗੈਸਟਰਾਂ ਦੇ ਨਿਸ਼ਾਨੇ ਤੇ ਹੁਣ ਕਰਕੇ 40 ਦਿਨਾਂ ਤੋਂ ਘਰ ਵਿੱਚ ਬੰਦ ਐਸੇ ਦੌਰਾਨ ਗੁਰਸੇਮਰ ਮਾਣਡ ਨੇ ਕੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕਰਦਾ ਕਿਹਾ ਕਿ ਉਹਨਾਂ ਨੂੰ 212 ਬੁਖਾਰ ਹੈ ਪੰਜਾਬ ਪੁਲਿਸ ਉਸ ਨੂੰ ਬਾਹਰ ਨਹੀਂ ਜਾਣ ਦੇ ਰਹੀ ਉਸਨੇ ਡਾਕਟਰ ਨੂੰ ਘਰ ਬੁਲਾਇਆ ਦੱਸਿਆ ਜਾ ਰਿਹਾ ਹੈ ਮੰਨਨੇ ਕਿ ਹੁਣ ਜੇਕਰ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਟੈਸਟ ਕਰਵਾਉਣਾ ਹੈ ਜਾਂ ਹਸਪਤਾਲ ਜਾਣਾ ਹੈ ਤਾਂ ਉਹਨਾਂ ਨੂੰ ਘਰੋਂ ਬਾਹਰ ਆਉਣਾ ਪਵੇਗਾ ਪਰ ਪੁਲਿਸ ਅਧਿਕਾਰੀ ਉਹਨਾਂ ਨੂੰ ਬਾਹਰ ਨਹੀਂ ਜਾਣ ਦੇ ਰਹੇ ਇਸ ਦੌਰਾਨ ਕੁਝ ਦਿਨ ਪਹਿਲਾਂ ਮੰਡ ਨੇ ਘਰ ਦੀ ਮਾੜੀ ਆਰਥਿਕ ਹਾਲਤ ਬਾਰੇ ਵੀ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਕਾਰ ਵਚ ਨਜ਼ਰਬੰਦ ਹੋਣ ਕਾਰਨ ਘਰ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਹੈ ਮਾਨ ਨੇ ਦੱਸਿਆ ਕਿ ਉਹਨਾਂ ਕੰਟਰੋਲ ਰੂਮ 'ਤੇ ਉਹ ਅਧਿਕਾਰੀਆਂ ਨੂੰ ਫੋਨ ਕਰਕੇ ਦੱਸਿਆ ਕਿ ਉਹਨਾਂ ਨੂੰ ਬੁਖਾਰ ਹੈ ਇਸ ਲਈ ਅਧਿਕਾਰੀ ਡਾਕਟਰ ਨੂੰ ਘਰ ਬੁਲਾਉਣ ਲਈ ਗੱਲ ਕਰ ਰਹੇ ਹਨ ਮਾਨ ਨੇ ਕਿਹਾ ਕਿ ਗੁਰਦੁਆਰਾ ਸਹਿਜ ਚ ਕੁਰਸੀਆਂ ਤੇ ਮੇਜ਼ਾਂ ਦੀ ਭਾਰਤੋੜ ਕਰਨ ਵਾਲੇ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਮੈਨੂੰ ਨજરਬੰਦ ਕਰ ਦਿੱਤਾ ਗਿਆ ਹੈ ਸੀਐਮ ਮਾਨ ਵੱਲੋਂ ਵੱਡਾ ਐਲਾਨ ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਨੂੰ 30 ਹਜ਼ਾਰ ਦਾ ਟੀਕਾ ਲੱਗੇਗਾ ਮੁਫਤਾ ਸੀਐਮ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਹੋਰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਪਰਾਲੇ ਲਗਾਤਾਰ ਜਾਰੀ ਨੇ ਸੂਬੇ ਦੇ 23 ਜ਼ਿਲ੍ਹਿਆਂ ਦੇ ਹਸਪਤਾਲਾਂ ਦੇ ਅਤੇ ਤਿੰਨ ਮੈਡੀਕਲ ਕਾਲਜਾਂ ਫਰੀਦਕੋਟ ਅਮਰਸਰ ਅਤੇ ਪਟਿਆਲਾ ਵਿੱਚ ਸਟ੍ਰੋਕ ਰੈਡੀ ਯੂਨਿਟ ਸਥਾਪਿਤ ਕੀਤੇ ਜਾ ਰਹੇ ਨੇ ਇਹਨਾਂ ਯੂਨਿਟਾਂ ਵਿੱਚ ਦਿਮਾਗੀ ਦੌਰੇ ਜਾਂ ਬ੍ਰੇਨ ਸਟ੍ਰੋਕ ਵਾਲੇ ਮਰੀਜ਼ਾਂ ਦਾ ਤੁਰੰਤ ਇਲਾਜ ਕੀਤਾ ਜਾਵੇਗਾ ਜਾਣ ਕੇ ਦਿੰਦੇ ਆ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਹਾਈਪਰ ਟੈਂਸ਼ਨ ਜਿਸ ਨੂੰ ਬਲੱਡ ਪ੍ਰੈਸ਼ਰ ਵਧਣਾ ਵੀ ਕਿਹਾ ਜਾਂਦਾ ਹੈ ਤੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਨ੍ਹਾਂ ਮਰੀਜ਼ਾਂ ਵਿੱਚ 50 ਫੀਸਦੀ ਮਰੀਜ਼ਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਨੂੰ ਹਾਈਪਰ ਟੈਂਸ਼ਨ ਹੈ ਉਹਨਾਂ ਕਿਹਾ ਕਿ ਬ੍ਰੇਨ ਸਟ੍ਰੋਕ ਇੱਕ ਬਹੁਤ ਹੀ ਗੰਭੀਰ ਅਤੇ ਘਾਤਕ ਸਥਿਤੀ ਹੈ ਜਿਸ ਕਾਰਨ ਹਰੇਕ 3 ਮਿੰਟ ਵਿੱਚ ਇੱਕ ਮਰੀਜ਼ ਦੀ ਮੌਤ ਹੋ ਜਾਂਦੀ ਹੈ ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਵਚਨਬੱਧ ਹੈ ਤੇ ਸਿਹਤ ਢਾਂਚੇ ਵਿੱਚ ਵੱਡੇ ਸੁਧਾਰ ਅਤੇ ਬਦਲਾਅ ਲਿਆਂਦੇ ਜਾ ਰਹੇ ਨੇ ਇਸ ਬਿਮਾਰੀ ਕਨ ਮਰੀਜ਼ਾਂ ਦਾ ਸਰੀਰ ਵੀ ਲਕਵਾ ਗ੍ਰਸਤ ਹੋ ਸਕਦਾ ਹੈ ਚੇਅਰਮੈਨ ਰਵਣ ਬੈਲ ਨੇ ਕਿਹਾ ਕਿ ਹੁਣ ਤੱਕ ਗਰੀਬ ਲੋਕਾਂ ਲਈ ਇਸ ਬਿਮਾਰੀ ਦਾ ਇਲਾਜ ਪਹੁੰਚ ਤੋਂ ਬਾਹਰ ਸੀ ਤੇ ਹੁਣ ਇਹਨਾਂ ਹਸਤਾਪਤ ਕੀਤੇ ਜਾ ਰਹੇ ਯੂਨਿਟਾਂ 'ਚ ਲਗਭਗ 30000 ਰੁਪਏ ਤੱਕ ਦੇ ਮੁੱਲ ਦਾ ਟੀਕਾ ਬਿਲਕੁਲ ਮੁਫਤ ਲਗਾਇਆ ਜਾਵੇਗਾ ਤੇ ਨਾਲ ਹੀ ਮਰੀਜ਼ ਦੀ ਸੀਟੀ ਸਕੈਨ ਵੀ ਬਿਲਕੁਲ ਮੁਫਤ ਕੀਤੀ ਜਾਵੇਗੀ ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖਬਰ ਆ ਜਲੰਧਰ ਸਣੇ 7 ਜ਼ਿਲ੍ਹਿਆਂ ਚ ਦੋ ਦਿਨ ਲੱਗਣਗੇ ਮੇਲੇ ਪਾਸਪੋਰਟ ਬਿਣੇਕਰਾਂ ਦੀ ਵੱਧ ਗਿਣਤੀ ਅਤੇ ਲੋਕਾਂ ਦੀ ਪਰੇਸ਼ਾਨੀ ਵੇਖਦੇ ਹੋਏ ਜਲੰਧਰ ਰਿਜਨਲ ਦਫ਼ਤਰ ਟੂ ਪਾਸਪੋਰਟ ਮੇਲੇ ਦਾ ਆਯੋਜਨ ਕਰੇਗਾ ਮੇਲੇ ਦਾ ਲਾਭ ਬਿਣੇਕਰ 17 ਤੇ 24 ਦਸੰਬਰ ਨੂੰ ਲੈ ਸਕਦੇ ਨੇ ਮੇਲੇ ਵਿੱਚ ਨਵੇਂ ਪਾਸਪੋਰਟ ਵੀ ਬਣਨਗੇ ਤੇ ਪੁਰਾਣੇ ਰੀਨਿਊ ਵੀ ਕੀਤੇ ਜਾ ਸਕਦੇ ਨੇ ਮੇਲੇ ਵਿੱਚ ਜਲੰਧਰ ਦੇ ਇਲਾਵਾ ਹੁਸ਼ਿਆਰਪੁਰ ਕਪੂਥਲਾ ਗੁਰਦਾਸਪੁਰ ਜਸ਼ੀਦ ਭਗਤ ਸਿੰਘ ਨਗਰ ਮੋਗਾ ਪਠਾਨਕੋਟ ਦੇ ਲੋਕ ਅਰਜ਼ੀਆਂ ਦਰਜ ਕਰ ਸਕਦੇ ਨੇ ਇੱਥੇ ਦੱਸਣ ਜੋਗੇ ਕਿ ਪਾਸਪੋਰਟ ਦਫ਼ਤਰ ਨੂੰ ਬੇਨਕਰਾ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਪਾਸਪੋਰਟ ਦੇ ਆਮ ਅਤੇ ਤਤਕਾਲ ਅਪਾਇੰਟਮੈਂਟ ਇੱਕ ਜਾਂ ਦੋ ਮਹੀਨਿਆਂ ਬਾਅਦ ਹੀ ਮਿਲ ਰਹੀ ਹੈ ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਦਫ਼ਤਰ ਨੇ ਪਾਸਪੋਰਟ ਮੇਲੇ ਲਗਾਉਣ ਦਾ ਫੈਸਲਾ ਕੀਤਾ ਹੈ ਤਤਕਾਲ ਕੋਟੇ ਤਹਿਤ ਅਪਾਇੰਟਮੈਂਟ ਬੁੱਕ ਕਰਨ ਵਾਲੇ ਬਿਨੇਕਰਾਂ ਲਈ 822 स्लॉट ਰਾਖਵੇਂ ਸਨ ਅਤੇ 364 ਬਿਨੇਕਰਾਂ ਨੂੰ ਅਪਾਇੰਟਮੈਂਟ ਨੂੰ ਰੀਸ਼ਡਿਊਲ ਕੀਤਾ 658 स्लॉट ਖਾਲੀ ਪੈ ਰਹੇ ਬਿਨੇਕਰਨ ਨੂੰ ਫਰਵਰੀ ਦੀ ਅਪਾਇੰਟਮੈਂਟ ਮਿਲ ਰਹੀ ਹੈ ਇਹਨਾਂ ਅਪਾਇੰਟਮੈਂਟ ਬਿਨੇਕਰਨ ਬਿਨੇਕਰ ਰੀਸ਼ਡਿਊਲ ਵੀ ਕਰ ਸਕਦੇ ਨੇ ਉਹ 17 ਤੇ 24 ਦਸੰਬਰ ਨੂੰ ਆਮ ਅਤੇ ਤਤਕਾਲ ਪਾਸਪੋਰਟ ਲਈ ਅਰਜ਼ੀਆਂ ਅਧਿਕਾਰਤ ਵੈੱਬਸਾਈਟ ਤੇ ਅਪਾਇੰਟਮੈਂਟ ਲੈ ਸਕਦੇ ਨੇ ਮੋਦੀ ਸਰਕਾਰ ਦਾ ਕੇਂਦਰੀ ਮਲਾਇਮਾ ਨੂੰ ਵੱਡਾ ਝਟਕਾ ਨਹੀਂ ਮਿਲੇਗਾ 18 ਮਹੀਨੇ ਦਾ ਡੀਏ ਦਾ ਬਕਾਇਆ ਮੋਦੀ ਸਰਕਾਰ ਵੱਲੋਂ ਕੇਂਦਰੀ ਮਲਾਇਮਨ ਵੱਡਾ ਝੜਕਾ ਲੱਗਿਆ ਮੋਦੀ ਸਰਕਾਰ ਨੇ 18 ਮਹੀਨਿਆਂ ਦੇ ਡੀਏ ਦੇ ਬਕਾਏ ਬਾਰੇ ਰਾਜ ਸਭਾ ਵਿੱਚ ਲਿਖਤੀ ਜਾਣਕਾਰੀ ਦਿੱਤੀ ਹੈ ਸਰਕਾਰ ਨੇ ਮੰਗਲਵਾਰ ਨੂੰ ਸਪਸ਼ਟ ਕੀਤਾ ਕਿ ਮਹਿੰਗਾਈ ਭੱਤੇ ਦੇ 18 ਮਹੀਨਿਆਂ ਦੇ ਬਕਾਏ ਜਾਰੀ ਕਰਨਾ ਵਿਵਹਾਰਕ ਨਹੀਂ ਹੈ ਕੋਰੋਨਾ ਕਾਲ ਦੌਰਾਨ ਕੇਂਦਰੀ ਕਰਮਚਾਰੀਆਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਰਾਹਤ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਇਸ ਬਾਰੇ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ ਵਿਵਹਾਰਿਕ ਨਹੀਂ ਹੈ ਜੋ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਇਸ ਦੌਰਾਨ ਹੋ ਰੋਕ ਦਿੱਤੀਆਂ ਗਈਆਂ ਸਨ ਸਾਲ 2020 ਵਿੱਚ ਕਰੋਨਾ ਦੇ ਮਾਰੇ ਪ੍ਰਭਾਵਾਂ ਅਤੇ ਕੇਂਦਰ ਵੱਲੋਂ ਚੁੱਕੇ ਗਏ ਕल्याणकारी ਉਪਾਵਾਂ ਦੇ ਕਾਰਨ ਇਸ ਦਾ ਵਿੱਤੀ ਪ੍ਰਭਾਵ ਵਿੱਤੀ ਸਾਲ 2020-21 ਤੋਂ ਬਾਅਦ ਤੱਕ ਜਾ ਰਿਹਾ ਹੈ ਸ਼ਪਰਾਚ ਜਹਰੀਲੀ ਸ਼ਰਾਬ ਪੀਣ ਨਾਲ 18 ਲੋਕਾਂ ਦੀ ਮੌਤ ਹੋ ਸਕਦੀ ਹੈ ਮਰਨ ਵਾਲਿਆਂ ਦੀ ਗਿਣਤੀ ਬਿਹਾਰ ਦੇ ਸ਼ਪਰਾਚ 24 ਘੰਟਿਆਂ ਦੇ ਅੰਦਰ 18 ਲੋਕਾਂ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੌਤ ਜਹਰੀਲੀ ਸ਼ਰਾਬ ਪੀਣ ਕਾਰਨ ਹੋਈ ਹੈ ਇਸ ਮੁੱਦੇ ਤੇ ਅੱਜ ਵਿਧਾਨ ਸਭਾ ਚ ਕਾਫੀ ਹੰਗਾਮਾ ਹੋਇਆ ਵਿਰੋਧੀ ਧਿਰ ਦੇ ਵਿਰੋਧੀ ਧਿਰ ਨੇ ਸ਼ਰਾਬ ਬੰਦੀ ਨੂੰ ਗਲਤ ਦੱਸ ਕੇ ਹੰਗਾਮਾ ਕੀਤਾ ਇਸਤੇ ਮੁੱਖ ਮੰਤਰੀ ਨितीश ਕੁਮਾਰ ਗੁੱਸੇ ਵਿੱਚ ਆ ਗਏ ਤੇ ਰਿਪੋਰਟਾਂ ਮੁਤਾਬਕ ਹੈ ਜ਼ਹਿਰੀਲੀ ਸ਼ਰਾਬ ਕਾਰਨ ਹੁਣ ਤੱਕ 18 ਲੋਕਾਂ ਦੀ ਜਾਨ ਜਾ ਚੁੱਕੀ ਹੈ 2004 ਵਿੱਚ ਬੰਦ ਹੋਈ ਪੈਨਸ਼ਨ ਸਕੀਮ ਲਾਗੂ ਕਰੇਗੀ ਹਿਮਾਚਲ ਵਿੱਚ ਬਣੀ ਨਵੀਂ ਸਰਕਾਰ ਜੀ ਹਾਂ ਦੋਸਤੋ ਦੇਸ਼ ਵਿੱਚ 2004 ਤੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਸੀ ਇਸ ਦੀ ਥਾਂ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਸੀ ਹਾਲ ਹੀ ਵਿੱਚ ਕਾਂਗਰਸ ਸਰਕਾਰ ਨੇ ਹਿਮਾਚਲ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਤੇ ਨਵੇਂ بڑے ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੋ ਨੇ ਸਭ ਤੋਂ ਪਹਿਲਾਂ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਗੱਲ ਐਤਵਾਰ ਨੂੰ ਆਪਣੀ ਕੈਬਨਿਟ ਮੀਟਿੰਗ ਵਿੱਚ ਕਹੀ ਤੁਹਾਨੂੰ ਦੱਸ ਦਈਏ ਕਿ ਇਹ ਕਰਨ ਵਾਲੀ ਹਿਮਾਚਲ ਪਹਿਲੀ ਸਰਕਾਰ ਨਹੀਂ ਹੈ 2022 ਦੇ ਬਜਟ ਵਿੱਚ Rajasthan ਦੀ ਸਰਕਾਰ ਨੇ ਵੀ ਅਗਲ ਵਿੱਤੀ ਸਾਲ ਤੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਗੱਲ ਕਹੀ ਸੀ ਇਸ ਨਾਲ ਰਾਜ ਦੇ ਸਰਕਾਰੀ ਕਰਮਚਾਰੀਆਂ ਨੂੰ ਲਾਭ ਹੋਵੇਗਾ ਤੁਹਾਨੂੰ ਦੱਸ ਦੇ ਕਿ ਚੋਣਾਂ ਵਿੱਚ ਇਹ ਇੱਕ ਅਹਿਮ ਮੁੱਦਾ ਬਣਿਆ ਜਾ ਬੰਦਾ ਜਾ ਰਿਹਾ ਹੈ ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ DMK ਨੇ ਵੀ 2021 ਦੇ ਸ਼ੁਰੂ ਵਿੱਚ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਵਿੱਚ ਇਸ ਨੂੰ ਵੀ ਚੋਣਵੀਂ ਵਾਅਦੇ ਵਜੋਂ ਪੇਸ਼ ਕੀਤਾ ਸੀ ਛਤੀਸਗੜ ਸਰਕਾਰ ਨੇ ਇਸ ਨੂੰ ਲਾਗੂ ਕੀਤਾ ਹੈ ਪੰਜਾਬ ਤੇ ਦੋ ਦਿਨਾਂ ਬਾਅਦ ਚੱਲੇਗੀ ਸ਼ੀਤ ਲਹਿਰ ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ ਪੰਜਾਬ ਦੇ ਲੋਕ ਕੜਾਕੇ ਦੀ ਠੰਡ ਲਈ ਤਿਆਰ ਰਹਿਣ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਭਵਿੱਖਬਾਣੀ ਅਨੁਸਾਰ 15 ਦਸੰਬਰ ਤੋਂ ਪੰਜਾਬ ਦਾ ਮੌਸਮ ਬਦਲ ਜਾਵੇਗਾ ਤੇ 16 ਤੋਂ 18 ਦਸੰਬਰ ਤੱਕ ਸ਼ੀਤ ਲਹਿਰ ਚੱਲੇਗੀ ਜਿਸ ਨਾਲ ਸੂਬੇ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਰਾਤ ਦੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਤੱਕ ਗਿਰਾਵਟ ਆਵੇਗੀ ਮੌਸਮ ਕੇਂਦਰ ਚੰਡੀਗੜ੍ਹ ਦੇ ਨਿਰਦੇਸ਼ਕ ਡਾਕਟਰ ਮਨਮੋਨ ਸਿੰਘ ਅਨੁਸਾਰ ਉੱਤਰ ਪੱਛਮੀ ਹਵਾਵਾਂ ਚੱਲਣ ਕਾਰਨ ਸ਼ੀਤਲਾ ਨਾਲ ਪੰਜਾਬ ਠਰਠੋਰ ਕਰੇਗਾ ਤੇ ਇਹ ਹਵਾਵਾਂ ਠੰਡੀਆਂ ਤੇ ਖੁਸ਼ਕ ਹੁੰਦੀਆਂ ਨੇ ਇਸ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ ਹਾਲਾਂਕਿ ਦੋ ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਦੂਜੇ ਪਾਸੇ ਮੰਗਲਵਾਰ ਨੂੰ ਪੰਜਾਬ ਚ ਗਰਦਾਸਪੁਰ ਤੇ ਹੁਸ਼ਿਆਰਪੁਰ ਸਭ ਤੋਂ ਠੰਡੇ ਰਹੇ ਜਿੱਥੇ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਰੋਪੜ ਦਾ ਪਾਰਾ 5.8 ਡਿਗਰੀ ਸੀ ਜਦਕਿ ਲੁਧਿਆਣਾ ਦਾ ਤਾਪਮਾਨ 11.6 ਡਿਗਰੀ ਰਿਹਾ ਕਿਸਾਨਾਂ ਵੱਲੋਂ ਤਿੱਖੇ ਐਕਸ਼ਨ ਦੀ ਤਿਆਰੀ ਪੰਜਾਬ ਦੇ 10 ਜ਼ਿਲ੍ਹਿਆਂ ਚ ਟੋਲ ਪਲਾਜ਼ੇ ਹੋਣਗੇ ਬੰਦ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਹੁਣ ਤਿੱਖੇ ਐਕਸ਼ਨ ਦੀ ਤਿਆਰੀ ਕਰ ਲਈ ਹੈ ਇਹ ਫੈਸਲਾ ਕਿਸਾਨ ਸੰਘਾਸ਼ ਕਮੇਟੀ ਦੀ ਸੂਬਾ ਪੱਧਰੀ ਮੀਟਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਮੰਗਾਂ ਨਾ ਮੰਨੇ ਜਾਣ ਤੋਂ ਨਾਰਾਜ਼ ਕਿਸਾਨਾਂ ਨੇ ਕਿਸਾਨ ਸੰਘਾਸ਼ ਕਮੇਟੀ ਦੀ ਸੂਬਾ ਪੱਧਰੀ ਕਮੇਟੀ ਦੀ ਮੀਟਿੰਗ ਵਿੱਚ 15 ਦਸੰਬਰ ਤੋਂ 10 ਜ਼ਿਲ੍ਹਿਆਂ ਵਿੱਚ ਟੋਲ ਪਲਾਜ਼ਾ ਤੇ ਧਰਨਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਦਰਅਸਲ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਚੱਲ ਰਿਹਾ ਡੀਸੀ ਦਫ਼ਤਰਾਂ ਅੱਗੇ ਪੱਕਾ ਧਰਨਾ ਹੋਣਾ 15 ਨਵੰਬਰ ਤੋਂ ਟੋਲ ਪਲਾਜ਼ਾ ਤੇ ਸ਼ਿਫਟ ਹੋਵੇਗਾ ਉਹਨਾਂ ਨੇ ਕਿਹਾ ਕਿ ਇਹ ਧਰਨਾ 15 ਜਨਵਰੀ ਤੱਕ ਜਾਰੀ ਰਹੇਗਾ ਉਹਨਾਂ ਨੇ ਰੋਗ ਕੀ ਜाहिर ਕੀਤੀ ਕਿ ਕਿਸਾਨ 7 ਦਿਨ ਪਹਿਲਾਂ ਤਰਨਤਰ ਧਰਨੇ ਵਿੱਚ ਮਾਰੇ ਗਏ ਮਜ਼ਦੂਰ ਬਲਵਿੰਦਰ ਸਿੰਘ ਦੀ ਲਾਸ਼ ਮਿਤ ਹੋਰ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਆਗੂਆਂ ਨੇ ਦੱਸ ਕਿ 26 ਨਵੰਬਰ ਤੋਂ ਰੰਤਾ ਸਮੇਤ 10 ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਵਿੱਚ ਕਿਸਾਨ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਨੂੰ ਨੌਕਰੀਆਂ ਦੇਣ ਫਸਲਾਂ ਦਾ ਮੁਆਵਜ਼ਾ ਦੇਣ ਸਮੇਤ ਕਈ ਮੰਗਾਂ ਨੂੰ ਲੈ ਕੇ ਧਰਨੇ ਦੇ ਰਹੇ ਹਨ ਪਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਹਾਂ ਪੱਕੀ ਸੰਕੇਤ ਨਹੀਂ ਦਿਖਾਈ ਜਿਸ ਕਾਰਨ ਕਿਸਾਨ ਅਗਲੇ ਐਕਸ਼ਨ ਦੀ ਤਿਆਰੀ ਕਰ ਰਹੇ ਨੇ ਨਿੱਜੀ ਬਸਾਂ ਦੀ ਚੰਡੀਗੜ੍ਹ ਵਿੱਚ ਨੋ ਐਂਟਰੀ ਸੁਖਬੀਰ ਬਾਦਲ ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਵਿਰੋਧ ਆਮ ਲੋਕਾਂ ਨੇ ਫੈਸਲੇ ਦੀ ਕੀਤੀ ਛਲਾਗਾ ਅੱਜ ਦੀ ਲਾਸਟ ਖਬਰ ਹੈ ਜੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਜਿਤ ਭੁੱਲਰ ਨੇ ਚੰਡੀਗੜ੍ਹ ਵਿੱਚ ਨਿੱਜੀ ਬੱਸਾਂ ਦੀ ਐਂਟਰੀ ਬੰਦ ਕਰਨ ਦਾ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਪੰਜਾਬ ਵਿੱਚ ਨਵਾਂ ਸਿਆਸੀ ਪੁਚਾਲ ਆ ਗਿਆ ਹੈ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਦੇ ਮਾਲਕ ਅਤੇ ਸ਼ਰਮਣੀ ਅਕਾਲੀ ਦਲ ਨੇ ਸਰਕਾਰ ਦੇ ਇਸ ਫੈਸਲੇ ਨੂੰ ਚੁਣੌਤੀ ਦੇਣ ਦਾ ਫੈਸਲਾ ਕਰ ਲਿਆ ਹੈ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਜਿਤ ਭੁੱਲਰ ਨੇ ਚੰਡੀਗੜ੍ਹ ਵਿੱਚ ਨਿੱਜੀ ਟਰਾਂਸਪੋਰਟ ਕੰਪਨੀ ਸੰਬੰਧੀ ਅਹ ਫੈਸਲਾ ਲਿਆ ਉਹਨਾਂ ਚੰਡੀਗੜ੍ਹ ਵਿੱਚ ਨਿੱਜੀ ਬੱਸਾਂ ਦੀ ਐਂਟਰੀ ਬੰਦ ਕਰਨ ਦਾ ਫਰਮਾਨ ਸੁਣਾਇਆ ਹੈ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਜੀਤ ਭੁੱਲਰ ਨੇ ਖਾਸ ਤੌਰ ਤੇ ਬਾਦਲ ਪਰਿਵਾਰ ਅਤੇ ਨਿੱਜੀ ਬੱਸਾਂ ਦਾ ਇੱਕ ਅਧਿਕਾਰ ਖਤਮ ਕਰਨ ਦਾ ਜ਼ਿਕਰ ਕੀਤਾ ਹੈ ਤੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਜੀਤ ਭੁੱਲਰ ਨੇ ਖੁਦ ਪੰਜਾਬ ਸਰਕਾਰ ਦਾ ਇਹ ਫੈਸਲਾ ਜਗ੍ਹਾਜਾਹਰ ਕੀਤਾ ਹੈ ਤਾ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨਾ ਵੱਡੀਆਂ ਖਬਰਾਂ ਦੋਸਤੋ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਜਾਣਕਾਰੀ ਨੂੰ ਵਾਤਵਾਦਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੋਣ ਲਈ ਇਨਾਂ ਹੀ ਧੰਨਵਾਦ ਸਤਿ ਸ਼੍ਰੀ ਅਕਾਲ